ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਰੱਬੇਬੰਦੀ ਅਤੇ ਗੋਸ਼ਵਾਰਾ ਦਾ ਕੀ ਕੰਮ ਹੈ ਫਰਦ ਜ਼ਮੀਨ ਜਮ੍ਹਾਂਬੰਦੀ ਵਿੱਚ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤੇ ਸਬਸਕ੍ਰਾਈਬ ਜ਼ਰੂਰ ਕਰੋ ਖਤਰਾ ਐਲਐਸਆਈ ਕੇ ਧੰਨਵਾਦ ਜੀ ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਵਿੱਚ ਅੱਜ ਅਸੀਂ ਤੁਹਾਨੂੰ ਫਰਦ ਜ਼ਮੀਨ ਜਮ੍ਹਾਂਬੰਦੀ ਬਾਰੇ ਦੱਸਾਂਗੇ ਕਿ ਇਹਦੇ ਵਿੱਚ ਦੋ ਚੀਜ਼ਾਂ ਉਹਦੇ ਬਾਰੇ ਦੱਸਾਂਗੇ ਇੱਕ ਤਾਂ ਮਰੱਬਾਬੰਦੀ ਅਤੇ ਦੂਜਾ ਗੋਸ਼ਵਾਰਾ ਮਰੱਬਾਬੰਦੀ ਅਤੇ ਗੋਸ਼ਵਾਰਾ ਕਿਸ ਨੂੰ ਕਹਿੰਦੇ ਹਨ ਇਹਦੇ ਬਾਰੇ ਅਸੀਂ ਡਿਟੇਲਸ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਫਰਦ ਜਮ੍ਹਾਂਬੰਦੀ ਬਾਰੇ ਅਸੀਂ ਕੁਝ ਹੋਰ ਵੀ ਵੀਡੀਓ ਸਡੀਆਂ ਆ ਰਹੀਆਂ ਨੇ ਤੁਸੀਂ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਰੱਬਾਬੰਦੀ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇ ਵੱਖ-ਵੱਖ ਥਾਂ ਤੇ ਬਈ ਜ਼ਮੀਨ ਨੂੰ ਇੱਕ ਥਾਂ ਕਰਨ ਨੂੰ ਮਰੱਬਾਬੰਦੀ ਜਾਂ ਚੱਕ ਬੰਦੀ ਹੈ ਇਹਨਾਂ ਦਾ ਮਤਲਬ ਮਰੱਭਾਬੰਦੀ ਤਾਂ ਕਹਿੰਦੇ ਚੈੱਕਬੰਦੀ ਵੀ ਕਈ ਵਾਰ ਕਹਿੰਦੇ ਐ। ਗੋਸ਼ਵਾਰਾ ਕਿਸ ਨੂੰ ਕਹਿੰਦੇ ਹਨ? ਗੋਸ਼ਵਾਰਾ ਸਾਰੀਆਂ ਫਸਲਾਂ ਦੇ ਸਾਰਨੀਵੱਧ ਕੁੱਲ ਜੋੜ ਨੂੰ ਗੋਸ਼ਵਾਰਾ ਕਹਿੰਦੇ ਹਨ। ਹੋਰ ਕੰਮ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਇੱਥੇ ਲਗਭਗ ਤੁਸੀਂ ਇਸ ਤੋਂ ਪਹਿਲਾਂ ਜੁੱਕਿਆ ਨੇ 60 ਵੀਡੀਓ ਹੋਰ ਵੀ ਤੁਸੀਂ ਦੇਖ ਸਕਦੇ ਹੋ। ਧੰਨਵਾਦੀ। ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਜੀ।